टाइल्स भट्टे सही हो रहे हैं, ये ठीक हो रहे हैं, झटके हो रहे हैं। ओ जी डरना नहीं किसे पड़ू, हां जी आप पकड़े डर दे पाए आप राजपाल के ठीक कर रहे हैं। और मेनू मेरे ब्रदर वेरी गुड। हां जी और सुना। ओ वाह वाह ते ओ गया यार ओदे ते जामे आ किदे ओ जी दे आप मज सिर ते दित्ती होई आ ਉਹਨਾਂ ਦਾ ਪਤਾ ਕਰ ਰਿਆ ਮੈਂ। ਹਾਂਜੀ ਪਤਾ ਕਰ ਰਿਆ ਨੇ। ਹਾਂ ਵੀ ਉਹਨੂੰ ਕਿ ਜੇ ਸੂ ਪਈ ਤਾਂ ਕੋ ਆਂ ਵੀ ਇਹਦਾ ਕੋ ਮੋਲ ਸ਼ੋਲ ਪਵਾ ਤਾਂ ਸਾਨੂੰ ਦੱਸੋ। ਹਾਂਜੀ ਪਤਾ ਕਰਨਾ ਹੈ ਕਿਉਂਕਿ ਤੇਰੀ ਵਰਜਾਈ ਜਿਹੜੀ ਹੈ। ਹਾਂਜੀ ਇਹ ਆਈ ਕਿਆ ਲੈ ਗਈ ਦਿਹਾੜੀ ਦਿਹਾੜੀ ਚ ਲਿੱਸੀ ਹੋ ਜਾਂਦੀ। ਹਾਂਜੀ ਕਿਉਂਕਿ ਮੈਨੂੰ ਹੁਣ ਦੁੱਧ ਪਵਾ। ਹਾਂਜੀ ਤੇ ਆਪਾਂ ਵੰਡ ਕੇ ਲਾਇਆ ਵੀ ਤੁਹਾਡਾ ਦੁੱਧ ਪੀ ਲਈਏ। ਤੇ ਹੋਰ ਠੀਕ ਹੈ ਮੋਰ ਤੂੰ ਜਾ। ਮੈਂ ਫੇ ਜਾ ਰਿਹਾ ਫੇਰ। ਚੰਗਾ ਧਿਆਨ ਰੱਖੀ ਆਦਾ। ਜੀ ਆਪਾਂ ਹਾਂ ਪਾਉ ਮੈਨੂੰ ਚੱਦਾ ਪੜ ਗਿਆ ਮੈਨੂੰ 5000 ਰੁਪਇਆ ਦੇਣਾ। 5000 ਤੇ ਤੈਨੂੰ ਦੇਣਾ ਤੇ ਕਿਸੇ ਟਾਈਮ ਕੋ ਬੁਲਾ ਕੇ ਕਰ ਕਬਾਬ ਵਿੱਚ ਅੱਡੀ ਆ ਕਿ ਤੂੰ ਹੀ ਵਿੱਚ ਵੜਨੀ ਹੁੰਦੀ ਐ ਲੈ 5000 ਲੈ ਲਾ। ਹਾਂਜੀ ਤੇ ਮੱਜ ਲੈ ਕੇ ਆਣੀ ਆ ਨਿਕਲਾਂ ਮੱਜ ਲੈ ਕੇ ਆ ਸੋ। ਹਾਂ ਆ ਖਰਚਾ ਪੱਠੇ ਤੇ ਖੁੱਲਾ ਜਾ ਤੇ ਮੈਂ ਜਾ ਰਿਹਾ। ਜਾ ਜਾ ਜਲਦੀ ਕਰ ਜਲਦੀ ਜਾ ਰਿਹਾ। ਤੂੰ ਦੀ ਕਰ ਤੂੰ ਦੀ ਕਰ ਆ ਸਾਇੰਸ ਦਾ ਗਿਆ ਉਹ ਬਾਹਰ ਗਿਆ ਹੈ। ਬਾਹਰ ਕੀ ਉਹਨੂੰ ਫੜਕਣੇ ਪਵਣ ਗਈ ਬਾਹਰ ਕੰਮ ਕਰਨ ਗਿਆ। ਕੰਮ ਕੀ ਕਰਨ ਗਿਆ? ਕੰਮ ਕਰਨ ਗਿਆ ਉਹ ਕੋ ਪੈਰੀ ਚਾਰੀ ਦਾ ਕੰਮ ਕਰਨ ਗਿਆ। ਕੀ ਕਰਨ ਗਿਆ? ਪੱਠੇ ਵਟਣ ਗਿਆ। ਪੱਠੇ ਵਟਣ ਗਿਆ ਆ ਲਵੇ ਆਈ ਨੂੰ ਮੌਕ ਲੈਣਾ ਮੈਂ ਬਗੈਰ ਆ ਕੁੱਤੇ ਕੀ ਬਗਦਾ ਤੈ ਆ ਗਿਆ ਖਾਣ ਕਿਦਾ ਗਿਆ ਮੈਂ ਗਿਆ ਇੱਥੇ ਪੱਠਿਆਂ ਦੀ ਥੱਬੀ ਲੈ ਮਾਰ। ਅੱਛਾ ਹੋ ਜਾਂਦੀ ਹੈ ਹਲੋ ਤੇ ਤੂੰ ਘਰ ਇੱਥੇ ਵੜਦਾ ਪਿਆ ਵੜਦਾ ਪਿਆ ਤੇਰਾ ਚੱਲ ਸੋਲ ਲੈ ਭਾਉ ਮੈਂ ਥੱਬੀ ਲੈਂਦੀ ਤੂੰ ਤਾਂ ਸੁਬਾਨ ਬਾਹਰ ਨਾ ਤੇ ਮੁੱਛਾਂ ਤਾ ਦੇ ਜਿਹੜੀ ਤੂੰ ਕਰ ਲਿਆ ਨਾ ਉਹ ਮੇਰੇ ਵਾਸਤੇ ਬੜੀਆਂ ਨੇ। ਬੜੀਆਂ ਨੇ ਕੀ ਮੈਂ ਤੇਰੇ ਨਾਲ ਮੇਰੇ ਨਾਲ ਨਾ ਮਿਹਰਬਾਨੀ ਕਰ ਜਾ ਉੱਥੇ ਗਿਆ ਚਾਹ ਪੀਵਣ ਗਿਆ ਉੱਥੇ ਉੱਥੇ ਮੇਰਾ ਨੱਕ ਵਾੜ ਛੱਡਿਆ ਜਿਹੜੀ ਉਹਨਾਂ ਗੱਲਾਂ ਕੀਤੀ ਨੇ ਮੇਰਾ ਵਿਆਹ ਮੇਰੇ ਨਾਲ ਜ਼ਮੀਨ ਵੰਡੇ ਹੁਣ ਤੂੰ ਕੀ ਆਣਾ ਮੇਰੇ ਨਾਲ ਵੰਡ ਲਾ ਭਾਈ ਫਾਰਕ ਹੋ ਤੂੰ ਲੈ ਖਲਾਣਾ ਤੇ ਸ਼ਰਮ ਨਹੀਂ ਆਂਦੀ ਆਪਣਾ ਮਾਂ ਪਿਓ ਮਰਿਆ ਦੋ ਆਪਾ ਵਿਰਾਂ ਤੂੰ ਪੈਣਾ ਵੰਡ ਲਾ ਮੇਰੀ ਬੇਗਮ ਵੀ ਬੜੀਆਂ ਗੱਲਾਂ ਕਰਦੀ ਵੰਸ ਬੰਨੀਆਂ ਪੱਛੇ ਬਾਲਾ ਤੇਰੀ ਵਰਜਾਈ ਇਹ ਸਬਰ ਰੱਖਿਆ ਕਰ ਵਰਜਾਈ ਸਭ ਵੀ ਹੋਈ ਤੇ ਵਰਜਾਈ ਵੱਡੀ ਵਰਜਾਈ ਤੇਰੀ ਤੇ ਤੂੰ ਲੜਨਾ ਆਂਗਾ ਤੂੰ ਮੇਰੇ ਨਾਲ ਯਾਰ ਅਸਲਾਮ ਕਰ ਪਾਉ ਕੀ ਹਾਲ ਹੈ ਤੁਮ ਸੁਣਾਓ खोती चक्कर ਤੂੰ ਦਾ ਕੁੱਤਾ ਤੇ ਮਸ਼ਰੀਕ ਪੱਟੀ ਖੜਾ ਪੱਟੀ ਰੱਖਾਂ ਯਾਰ ਮਰ ਜਾਣਗੇ ਉਹ ਖੱਡੇ ਚ ਤੂੰ ਰੋਣਾ ਇਸ ਹਾਲੇ ਚ ਮੈਂ ਰੋਦਾ ਰਵਾਂ ਚੰਗਾ ਮੈਂ ਉੱਥੇ ਬਾਬਾ ਕੁੱਲੀ ਜੁੱਗੀ ਪਾ ਕੇ ਬਾ ਜਾਵਾਂ ਮੈਂ ਚੰਗਾ ਤੇਰੇ ਆਏ ਨੂੰ ਸਮਝਾ ਕੋ ਅਸਲਾਮੁ ਅਲੈਕਮ ਵਾਲੇਕਮ ਸਲਾਮ ਉਹ ਸ਼ਾਮੰਦਾ ਕੀ ਹਾਲ ਹੈ ਠੀਕ ਹੈ ਜਲਾ ਬੜਾ ਕੀ ਰੋਲਾ ਤੂੰ ਦਾ ਖੱਟਿਆ ਹੋਇਆ ਸਵੇਰ ਦਾ ਮੈਂ ਹਾਲ ਦਵਾਈ ਸੁਣ ਕੇ ਆਇਆ ਹਾਂਗਾ ਹਾਲ ਦਵਾਈ ਕੋਈ ਨਹੀਂ ਯਾਰ ਮੈਂ ਭਰਾ ਕੋਲ ਆ ਕੇ ਚਲੋ देने ਕਾਲਿਆ ਹੈ ਉਹ ਕਾਲਿਆ ਉਹ ਤੂੰ ਮੈਨੂੰ ਇਹ ਦੱਸ ਇਹ ਆਪਾਂ ਤਾਂ ਗਏ ਉਹਨਾਂ ਦੀ ਪੀੜ ਕੱਢਾਂ ਤੇ ਉਹਨਾਂ ਆਪਣਾ ਨਾ ਕੁੱਟ ਕੁੱਟ ਕੇ ਤਾਂ ਆਪਣਾ ਰਤਾ ਪਾਸਾ ਉਹਨਾਂ ਬਾਹਰ ਕੀਤਾ ਹੈਗਾ ਤੇ ਹੁਣ ਹੁਣ ਤੇਰੇ ਵਿੱਚ ਤੇ ਮੇਰੇ ਵਿੱਚ ਇਹ ਹੋਈ ਮੁਹੱਬਤ ਹੈ ਵੀ ਨਾਂਦੇ ਆਪਸ ਵਿੱਚ ਪਿਤਰਿਆਂ ਦਾ ਜੋੜ ਪੁਆਈਏ ਉਹ ਆਪਸ ਵਿੱਚ ਲੜਦੇ ਵੀਰ ਸੇ ਇਹ ਥਾਣੇ ਦਾ ਤੇ ਆਪਣਾ ਰਾਸ ਸਿੱਧਾ ਦਾ ਸਿੱਧਾ ਆਪਾਂ ਸ਼ੈਤਾਨ ਬਣਾਂਗੇ ਆਪਾਂ ਸ਼ੈਤਾਨ ਪੂਰਾ ਕਰਾਂਗੇ ਉਹ ਤੂੰ ਬਹਿਣੀ ਅੱਕੀ ਕਰਨੀ ਹੀ ਕਰਨੀ ਹੈਗੀ ਹਾਂਜੀ ਮੇਰੇ ਗੁੱਲੇ ਖੜੇ ਆ ਕਬੂਤਰ ਕਿੱਥੇ ਰਹਿ ਗਏ ਲੈ ਆ ਥੱਲੇ ਲੈ ਆ ਮੇਰੇ ਗੁੱਲੇ ਖੜੇ ਉਰਾ ਉਰਾ ਤੈਨੂੰ ਮੈਂ ਨੇਰੀ ਗਲਵਾ ਲੈਣਾ ਜਾਣਾ ਮੁੱਤੇ ਕਿਉਂ ਚੜਿਆ ਸ਼ਰੀਕਾ ਤੇਰਾ ਕੀ ਕੰਮ ਇੱਥੇ ਹੈ
कौडू दे तू तो चढ़ जाना सुबह सुबह कबूतर बड़खावन है किन्ना दिन आख्या उत्ते चढ़ मैं कबूतर ला रहा मां तेरा सिर वाला बेचका मर से तू प्यालिया लारना मैनू ला जा दफा हो जा तू चल तू मैं प्याली मारी खैर मैं दसवा मैं एक बार याद भरावान गल कर लवान पहले पहले वादा नहीं करना हूं मैं एक बार दस लव मुड़ मैं तेरे ना निबड़ लें तू रे बड़ा चंगा चल पर आ जा काली तेरा मुंड मुत चुप कर गया मेरी लड़ाई हो गई इंसान बन जाओ बंदा बन जाओ थोड़ी सलाह कराने और आवे ना मुकाओ परा सुला है बड़ी चंगी चीज लड़ाई चंगी नहीं है गी। ए काली बच्चियां वाली ए ये स्टानगी कर देंगे वो भी स्टान आएंगे तो तुसी भी स्टानगी तो हट जाओ तो मेरा पुत्र है मैं तुहाडा पता की होया की होया चाचा इन्नी बहु पी आंदी अंदर च हट गया परे तेरे को बहु आंदी नहीं वो सदके जा सदके जावा नहीं है कि नावन वाली डेली पर मैं जरूर ही लाओ जा पर हुन तू की है महेंद्र नाल की करिए हुन ए मेरे इक्को डंग गतने पर है नु किती किती मार देने ओ गल सुनो ओ गल सुनो ਇਸੀ ਤੁਹਾਡੇ ਫਾਇਦੇ ਚ ਆਏ ਤੁਹਾਡੇ ਨਾਲ ਉਹਨਾਂ ਕੀ ਕੀ ਜ਼ਿਆਤੀ ਤੁਸੀਂ ਆਏ ਵੇਂਦੇ ਰਹੇ ਤੇ ਤੁਸੀਂ ਇਹ ਜ਼ਿਆਤੀ ਜਿਹੜਾ ਕਰੇ ਉਹਦੇ ਨਾਲ ਜ਼ਿਆਤੀ ਕਰਨੀ ਚਾਹੀਦੀ ਤੇ ਤੁਸੀਂ ਆ ਕੇ ਆਦਾ ਤੁਹਾਡੇ ਭਰਾ ਨੂੰ ਉਸ ਕੁੱਤਿਆ ਉਹ ਤੈਨੂੰ ਹੀ ਉਹਨਾਂ ਪਿਆਲਾ ਮਾਰਿਆ ਇਹਨੂੰ ਉਹਨੇ ਦੇਜਕਾ ਮਾਰਿਆ ਉਹ ਤੁਹਾਡੀ ਉਹਨਾਂ ਉਹ ਬਾਤ ਆਈ ਹੈ ਉਹ ਤੁਹਾਡੀ ਬਾਤ ਆਈ ਹੈ ਉਹ ਤੁਹਾਡਾ ਤੇ ਮਾਰ ਦਿਓ ਤੁਸੀਂ ਡੋਬ ਕੇ ਮਾਰ ਦਿਓ ਮੇਰੀ ਪਹਿਲੇ ਗੱਲ ਤਾਂ ਸੁਣ ਲਾ ਇਹ ਮੈਨੂੰ ਲੱਗਦਾ ਕੋ ਤੀਲੀ ਤੇ ਨਹੀਂ ਆਪਣੇ ਚੰਦਠ ਐ ਗੋਲੇ ਆ ਤੂੰ ਟੁੱਕਰ ਪਾਰ ਪਾਰ ਕੇ ਮਾਰ ਗਿਆ ਮੈਂ ਪਹਿਲੇ ਆ ਗੱਡ ਕੜਾ ਕੇ ਆਉਣੇ ਨੇ ਮੈਂ ਨਾ ਬੇਫਿਕਰ ਹੋ ਜਾ ਹਾਂ ਠੀਕ ਹੈ ਬਾਹੂ ਜੀ ਵਾ ਤੁਸੀਂ ਆਖੋ ਤੇ ਉਹ ਕਰ ਲੈਣੇ ਠੀਕ ਹੈ ਬਾਹੂ ਜੀ ਤੁਸੀਂ ਕਹਿੰਦੇ ਆਏ ਵੀ काली वो बच्चियां वाली गल ये है ना एडे थे अपनी दाल नहीं गली इधर से अपन उन्हें किया बेइज्जत है मेनू परेशानियां रहंदियां ने छुड़ाया।